ਅਸਲਾਮੁਅਲੈਕਮ ਜੀ ਅਸੀਂ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਉੱਤੇ ਹਕੂਮਤ ਜ਼ੁਲਮੋ ਸਿਤਮ ਕਰ ਰਹੀ ਏ ਠੀਕ ਹੈ ਜ਼ਬਰ ਕਰ ਰਹੀ ਏ ਸਾਡੇ ਕਿਸਾਨਾਂ ਦੇ ਘਰਾਂ ਦੇ ਛਾਪੇ ਮਾਰ ਰਹੀ ਏ ਗ੍ਰਫਤਾਰੀਆਂ ਕਰ ਰਹੀ ਏ ਠੀਕ ਹੈ ਜੀ ਔਰ ਮਾਰਕਟਾਈ ਕਰ ਰਹੀ ਏ ਇਹ ਹਕੂਮਤ ਨੂੰ ਦੇ ਅੱਗੇ ਸਾਡੀ ਜਿਹੜੀ ਇਹਨਾਂ ਜੀ ਇਹ ਇਤਜਾਜ ਕੀਤਾ ਜੋ ਹਕੂਮਤ ਜਿਹੜੀ ਉਹ ਫਸਤਾਇਤ ਤੇ ਉਤਰ ਆਈ ਏ ਤੇ ਸਾਡੇ ਕਿਸਾਨਾਂ ਦੇ ਉੱਤੇ ਜਦੋਂ ਕੋਹਬ ਕੀਤਾ ਜਾ ਰਿਹਾ ਘਰਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜੋ ਜੋ ਕਿ ਬਹੁਤ ਜਿਹਦੀ ਅਸੀਂ ਪੁਰਜ਼ੋਰ شدید ਅਲਫਾਜ਼ ਨਾਲ ਮਜ਼ਮਤ ਕਰਨੇ ਆ ਠੀਕ ਹੈ ਜੀ ਤੇ ਇਹ ਇਸ ਜ਼ੁਲਮ ਦੇ ਖਿਲਾਫ ਅਸੀਂ ਇਨਸ਼ਾ ਅੱਲਾਹ ਤਾਲਾ ਡਟੇ ਆਂ ਤੇ ਡਟੇ ਰਵਾਂਗੇ ਤੇ ਹਕੂਮਤ ਨੂੰ ਵਿੱਚ ਆਈ ਕੋ ਮਨ ਨੂੰ ਹੋਸ਼ ਦੇ ਨਾਖਲ ਲੈਣੇ ਚਾਹੀਦੇ ਨੇ ਠੀਕ ਹੈ ਕਿਉਂ ਕਿਸਾਨਾਂ ਨੂੰ ਬਜਾਏ ਇਸ ਦੇ ਕਿ ਮਾਰਕਟਾਈ ਕਰੇ ਕਿਸਾਨਾਂ ਨਾਲ ਬਵੇ ਕਿਸਾਨਾਂ ਦੇ ਮਸਾਇਲ ਸੁਣੇ ਤੇ ਉਹਨਾਂ ਦੇ ਮਸਾਇਲ ਦਾ ਹੱਲ ਕੱਢੇ ਠੀਕ ਹੈ ਜਦ ਕਿ ਸਾਡੀ ਇੱਥੇ ਹਕੂਮਤ ਜਿਹੜੀ ਹੋ ਡੰਡੇ ਦੇ ਜ਼ੋਰ ਤੇ ਹਰ ਆਵਾਜ਼ ਜਿਹੜੀ ਉਹ ਦਬਾਉਣਾ ਚਾਹ ਰਹੀ ਏ ਠੀਕ ਹੈ ਤੇ ਇਸੇ ਡੰਡੇ ਦੇ ਜ਼ੋਰ ਤੇ ਹੁਣ ਸਾਨੂੰ ਕਿਸਾਨਾਂ ਤੇ ਦਿਵਾਲੇ ਵੀ ਹੋਈ ਏ ਕਿ ਇਹ ਆਪਣਾ ਹੱਕ ਨਾ ਮੰਨਣ ਮੰਗਣ ਲੇਕਿਨ ਇਨਸ਼ਾ ਅੱਲਾਹ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਅਸੀਂ ਆਪਣੀ ਫਸਲ ਦੀ ਜਾਇਜ਼ ਕੀਮਤ ਲੈ ਕੇ ਰਵਾਂਗੇ ਠੀਕ ਹੈ ਜੀ ਚਾਹੀਦਾ ਹਕੂਮਤ ਨੂੰ ਕਿ ਹੋਸ਼ ਦੇ ਨਾਖਨ ਲਵੇ ਔਰ ਆਪਣੀ ਇਸ ਫਸਤਾਇਤ ਤੋਂ ਬਾਜ਼ ਆ ਜਾਵੇ ਠੀਕ ਹੈ ਔਰ ਕਿਸਾਨਾਂ ਦੇ ਜਾਇਜ਼ ਮਤਾਲਬਾ ਜਿਹੜੇ ਸਾਡੇ ਕਿਸਾਨਾਂ ਦੇ ਜਾਇਜ਼ ਮਤਾਲਬਾ ਨੇ ਜਿਹੜਾ ਹ ਪੇਸ਼ ਕੀਤੇ ਨੇ ਉਹਨਾਂ ਨੂੰ ਫਿਲਫੌਰ ਪੂਰਾ ਕੀਤਾ ਜਾਵੇ ਸਾਡੇ ਕਿਸਾਨ ਨੂੰ ਸਾਨੂੰ ਸਾਡੀ ਗੰਧਮ ਦੀ ਕੀਮਤ ਜਿਹੜੀ ਉਹ ਪੂਰੀ ਦਿੱਤੀ ਜਾਵੇ ਠੀਕ ਹੈ ਜੀ ਤੇ ਇਹ ਜ਼ੁਲਮ ਜਬਰ ਬੰਦ ਕਰਕੇ ਹਕੂਮਤ ਵੀ ਸਤਾਤੇ ਕਿਸਾਨਾਂ ਦੇ ਕੋਲੋਂ ਮਾਫੀ ਮੰਗੀ ਜਾਵੇ ਠੀਕ ਹੈ ਔਰ ਕਿਸਾਨ ਨੂੰ ਉਹਦੀ ਜਿਹੜੀ ਇਹ ਫੈਦਾਵਾਰ ਜਿਹੜੀ ਉਹ 6 ਮਹੀਨੇ ਦੀ ਮਿਹਨਤ ਹੈ ਜਿਹੜਾ ਉਹਦਾ ਕੋ ਸਾਰੇ ਸਾਲ ਦਾ سرمਾਇਆ ਜਿਹੜਾ ਉਹਨੇ ਘਰ ਖਾਣਾ ਉਹਦੀ ਉਹਨੂੰ ਜਿਹੜੀ ਉਹ ਮਾਫਜ਼ਾ ਦਾ ਦਿੱਤਾ ਜਾਏ ਉਹਦਾ ਜੋਦ ਬੰਦਾ ਆਪਣਾ ਮਾਫਜ਼ਾ ਬੰਦਾ ਜੋਦ ਦੀ ਕੀਮਤ ਬੰਦੀ ਉਹਨੂੰ ਦਿੱਤੀ ਜਾਏ ਜੇ ਜਦੋਂ ਦੁਨੀਆ ਤੇ ਹਰ ਸ਼ਾਇਦ ਦੀ ਇੱਕ ਕੀਮਤ ਮقرਰ ਕੀਤੀ ਹੁੰਦੀ ਤਾਂ ਕੋਈ ਵੀ ਸ਼ਾਇਰ ਮਾਚਸ ਲੈਣ ਜਾ ਉਹਦੇ ਤੇ ਵੀ ਕੀਮਤ ਲਿਖੀ ਹੁੰਦੀ ਹੈ ਠੀਕ ਹੈ ਤੇ ਫਿਰ ਕਿਸਾਨ ਦੀ ਚੀਜ਼ ਦੀ ਕੀਮਤ ਕਿਉਂ ਨਹੀਂ ਕਿਸਾਨ ਦੀ ਚੀਜ਼ ਦੀ ਕੀਮਤ ਕਿਉਂ ਨਹੀਂ ਕਿਸਾਨ ਮਿਹਨਤ ਕਰਕੇ ਆਪਣੀ ਚੀਜ਼ ਗੰਦਾ ਠੀਕ ਹੈ ਅੱਲਾ ਪਾਕ ਦੀ ਦਿੱਤੀ ਹੋਈ ਹੈ ਤਾਂ ਦੇ ਨਾਲ ਉਹਦੇ ਉੱਤੇ ਮਿਹਨਤ ਕਰਦਾ ਹੈ ਉਹ ਬਾਅਦ ਵਿੱਚ ਮੰਡੀ ਲੈ ਕੇ ਜਾਂਦਾ ਤੇ ਉੱਥੇ ਮਸਕੀਨਾ ਹਰ ਵਿਚਾਰਾ ਖਰੋ ਰਹਿਦਾ ਤੇ ਉਹਦੀ ਰੇਟ ਕੋਈ ਹੋਰ ਲਾਉਣ ਵਾਲਾ ਭਾਵੇਂ ਉਹ ਗੰਦਾ ਮੈਂ ਪਿਆਜ਼ ਹੈ ਵਾਹਲੂ ਵੇ ਕੋਈ ਵੀ ਮੂੰਜੀ ਹੈ ਠੀਕ ਹੈ ਤੇ ਕਿਸਾਨ ਦੀ ਵੀ ਇੱਕ ਕੀਮਤ ਦਿੱਤੀ ਜਾਏ ਇਹ ਫਸਤਾਇਤ ਖਤਮ ਕੀਤੀ ਜਾਏ ਕਿਸਾਨ ਨੂੰ ਇੱਕ ਕੀਮਤ ਦਿੱਤੀ ਜਾਏ ਕਿਸਾਨ ਦੀ ਚੀਜ਼ ਦੇ ਉੱਤੇ ਵੀ ਉਹਦੀ ਮਕਰਰਾ ਕੀਮਤ ਜਿਹੜੀ ਉਹ ਨੋਟ ਕੀਤੀ ਜਾਏ ਠੀਕ ਹੈ ਔਰ ਉਸ ਹਕੂਮਤ ਨੂੰ ਚਾਹੀਦਾ ਕਿ ਉਸ ਮਕਰਰਾ ਕੀਮਤ ਤੇ ਕਿਸਾਨ ਦੀ ਚੀਜ਼ ਖੁਦ ਖਰੀਦੇ ਜਾਂ ਜਿਹੜੇ ਗੋ ਡੀਲਰ ਬੈਠੇ ਨੇ ਉਹਨਾਂ ਨੂੰ ਪਾਬੰਦ ਕੀਤਾ ਜਾਏ ਕਿ ਉਸ ਕੀਮਤ ਦੇ ਉੱਤੇ ਕਿਸਾਨ ਦੀ ਚੀਜ਼ ਜਿਹੜੀ ਉਹ ਖਰੀਦੀ ਜਾਏ ਤੇ ਆ ਜਿਹੜੀ ਫਸਤਾਇਤ ਕਰ ਰਹਾ ਤੁਸੀਂ ਜ਼ੁਲਮ ਉਹ ਜੱਬ ਕਰ ਰਹਾ ਇਹ ਹਕੂਮਤ ਨੂੰ ਚਾਹੀਦਾ ਕਿ ਹਕੂਮਤ ਇਹ ਫਿਲੌਰ ਬੰਦ ਕਰੇ ਕਿਸਾਨਾਂ ਕੋਲ ਮਾਫੀ ਮੰਗੇ ਤੇ ਜਿਹਨੇ ਕਿਸਾਨ ਕੈਦ ਨੇ ਫੜੇ ਗਏ ਨੇ ਉਹਨਾਂ ਨੂੰ ਰਹਾ ਕੀਤਾ ਜਾਏ ਤੇ ਉਹਨਾਂ ਦੀ ਸਾਡੀ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦਾ ਸਾਨੂੰ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕ